ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਰਿੱਕੀ ਸੰਧੂ ਓਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਤੋਂ। ਸੋ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਵਿਊਵਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਦੋਂ ਰੂਲਸ ਅਪਡੇਟ ਦੀ ਗੱਲ ਹੁੰਦੀ ਹੈ ਜਾਂ ਕੋਈ ਵੀ ਕੰਟਰੀ ਦੇ ਵਿੱਚ ਸਟੂਡੈਂਟ ਜਾਣਾ ਚਾਹੁੰਦੇ ਆ, ਰੂਲ ਅਪਡੇਟ ਹੁੰਦਾ ਜਾਂ ਕੋਈ ਵੀ ਕੰਪਲੀਕੇਸ਼ਨਸ ਆਉਂਦੀ ਹੈ, ਓਮ ਗਲੋਬਲ ਅਜਿਹੀ ਕੰਪਨੀ ਹੈ ਕਿ ਜਿਹੜੀ ਹਮੇਸ਼ਾ ਸਟੈਪ ਫੋਰਵਰਡ ਹੋ ਕੇ ਸਟੂਡੈਂਟ ਦੀ ਹੈਲਪ ਕਰਦੀ ਹੈ। ਚਾਹੇ ਆਪਾਂ ਥੋੜ੍ਹੀ ਦੇਰ ਅਗਰ ਬੈਕ ਜਾਂਦੇ ਹਾਂ, ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਕਿ ਜਦੋਂ ਆਸਟ੍ਰੇਲੀਆ ਦੇ ਵਿੱਚ ਪੈਂਡਮਿਕ ਦੌਰ 'ਤੇ ਕਈ ਕੰਸਲਟੈਂਟ ਸੀਗੇ ਜਿਹੜੇ ਔਫਰ ਲੈਟਰ ਵੀ ਨਹੀਂ ਲੈ ਪਾਏ ਜਾਂ ਔਫਰ ਲੈਟਰ ਅਪਲਾਈ ਕਰਨ ਦੇ ਵਿੱਚ ਜਿਨ੍ਹਾਂ ਨੇ ਕਾਫੀ ਸਟਰਗਲ ਕੀਤਾ, ਓਮ ਗਲੋਬਲ ਅਜਿਹੀ ਕੰਪਨੀ ਹੈ ਜਿਹਨੇ ਆਸਟ੍ਰੇਲੀਆ ਦੇ ਵਿੱਚ ਉਸ ਟਾਈਮ ਦੇ ਉੱਤੇ ਵੀ ਵੀਜ਼ਾਸ ਲਏ। ਸੋ ਅੱਜ ਆਪਾਂ ਗੱਲ ਕਰਨਾ ਚਾਹਾਂਗੇ ਜੀ ਕੈਨੇਡਾ ਦੇ ਉੱਪਰ। ਸਪਟੰਬਰ ਸੈਸ਼ਨ ਦਾ ਲਾਸਟ ਟਾਈਮ ਹੈ ਜੀ। ਸੋ ਓਮ ਗਲੋਬਲ ਔਰਗਨਾਈਜ਼ ਕਰ ਰਿਹਾ ਜੀ ਕੈਨੇਡਾ ਐਪਲੀਕੇਸ਼ਨ ਵੀਕ, ਜੋ ਕਿ ਅੱਜ ਤੋਂ ਸਟਾਰਟ ਹੋ ਜਾਊਗਾ। ਅੱਜ ਪਹਿਲਾ ਦਿਨ ਹੈ ਜੀ, 23 ਤਰੀਕ, ਓਮ ਪਹਿਲਾ ਦਿਨ 23 ਤਰੀਕ ਦਾ। ਸੋ ਅੱਜ ਓਮ ਗਲੋਬਲ ਦੇ ਜਲੰਧਰ ਆਫਿਸ ਦੇ ਵਿੱਚ ਐਪਲੀਕੇਸ਼ਨ ਵੀਕ ਦੀ ਸਟਾਰਟਿੰਗ ਹੋਊਗੀ ਜੀ। ਮਿਸਟਰ ਰਮਨ ਦੋਸਾਂਝ ਹੈ ਜਿਨ੍ਹਾਂ ਨੂੰ ਤੁਸੀਂ ਮਿਲ ਸਕਦੇ ਹੋ, ਅਤੇ ਬਾਕੀ ਓਮ ਗਲੋਬਲ ਟੀਮ ਨੂੰ ਤੁਸੀਂ ਮਿਲ ਕੇ ਆਪਣੀ ਕੈਨੇਡਾ ਦੇ ਰਿਲੇਟਡ ਸਾਰੀ ਕੁਐਰੀ ਨੂੰ ਕਲੀਅਰ ਕਰ ਸਕਦੇ ਹੋ। 23 ਤਰੀਕ ਡੇਟਸ ਤੁਸੀਂ ਨੋਟ ਕਰ ਸਕਦੇ ਹੋ, 23 ਤਰੀਕ ਜਲੰਧਰ, 24 ਤਰੀਕ ਅੰਮ੍ਰਿਤਸਰ, 25 ਤਰੀਕ ਚੰਡੀਗੜ੍ਹ ਅਤੇ 26 ਤਰੀਕ ਨੂੰ ਬਠਿੰਡਾ ਦੇ ਵਿੱਚ ਹੋਣ ਜਾ ਰਿਹਾ। ਕਿ ਜਦੋਂ ਵੀ ਆਪਾਂ ਕੈਨੇਡਾ ਦਾ ਨਾਮ ਲੈਂਦੇ ਹਾਂ ਜਾਂ ਸਟੂਡੈਂਟ ਦੀ ਫੇਵਰੇਟ ਡੈਸਟੀਨੇਸ਼ਨ ਦੀ ਗੱਲ ਕਰਦੇ ਹਾਂ, ਪਹਿਲਾ ਨਾਮ ਆਉਂਦਾ ਜੀ ਸਟੂਡੈਂਟ ਦੇ ਜ਼ਹਿਨ ਦੇ ਵਿੱਚ ਕੈਨੇਡਾ। ਕੈਨੇਡਾ ਦੇ ਵਿੱਚ ਵੀ ਦੋ ਚੀਜ਼ਾਂ ਸਟੂਡੈਂਟ ਦੇਖਦਾ ਕਿ ਮੈਨੂੰ ਵਰਕ ਪਰਮਿਟ ਮਿਲੂਗਾ, ਕਿ ਮੈਨੂੰ ਪਰਮਾਨੈਂਟ ਰੈਜੀਡੈਂਸੀ ਜਿਹੜੀ ਹੈ ਐਜ਼ ਕੰਪੇਅਰ ਟੂ ਅਦਰ ਕੰਟਰੀਜ਼ ਜਲਦੀ ਮਿਲੇਗੀ ਜਾਂ ਨਹੀਂ ਮਿਲੇਗੀ। ਸੋ ਇਹੀ ਚੀਜ਼ਾਂ ਦੇ ਉੱਪਰ ਆਪਾਂ ਕੈਨੇਡਾ ਦਾ ਅੱਜ ਡਿਸਕਸ਼ਨ ਕਰਾਂਗੇ। ਜਿਹੜੇ ਐਪਲੀਕੈਂਟਸ ਰੀਸੈਂਟ ਪਾਸ ਆਊਟ ਹੈਗੇ ਆ, ਉਹਨਾਂ ਦੇ ਕੋਲ ਆਪਸ਼ਨ ਕਿਤੇ ਨਾ ਕਿਤੇ ਰਹਿ ਜਾਂਦੀ ਹੈ ਜਨਵਰੀ ਇਨਟੇਕ ਦੀ। ਸੋ ਜਿਹੜੇ ਐਪਲੀਕੈਂਟਸ ਹੈਗੇ ਜਿਨ੍ਹਾਂ ਦੇ ਪੜ੍ਹਾਈ ਦੇ ਵਿੱਚ ਗੈਪ ਹੈ ਜਾਂ ਫਿਰ ਪਿਛਲੀ ਵਾਰ ਐਪਲੀਕੇਸ਼ਨਸ ਨੂੰ ਆਪਣੀ ਮਲਟੀਪਲ ਟਾਈਮ ਜਾਂ ਸਿੰਗਲ ਟਾਈਮ ਰਿਫਿਊਜ਼ ਕਰਾ ਚੁੱਕੇ ਹੋ, ਚਾਹੇ ਉਹ ਕੈਨੇਡਾ ਦੀ ਰਿਫਿਊਜ਼ਲ ਹੈ ਚਾਹੇ ਉਹ ਅਦਰ ਕੰਟਰੀਜ਼ ਦੀ ਰਿਫਿਊਜ਼ਲ ਹੈ, ਸੋ ਉਹ ਐਪਲੀਕੈਂਟ ਦੇ ਲਈ ਆਖਰੀ ਮੌਕਾ ਜੀ ਸਪਤੰਬਰ ਇਨਟੇਕ ਦੇ ਵਿੱਚ ਐਪਲੀਕੇਸ਼ਨ ਅਪਲਾਈ ਕਰਨ ਦਾ। ਸਪਤੰਬਰ ਇਨਟੇਕ ਐਪਲੀਕੇਸ਼ਨ ਜਿਹੜੇ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਹੋ, ਓਮ ਗਲੋਬਲ ਦੇ ਕੈਨੇਡਾ ਐਪਲੀਕੇਸ਼ਨ ਵੀਕ ਦਾ ਹਿੱਸਾ ਬਣ ਸਕਦੇ ਆ। ਔਨ ਸਪੋਰਟ ਤੁਸੀਂ ਆਪਣੀ ਆਫਰ ਲੈਟਰ ਅਪਲਾਈ ਕਰ ਸਕਦੇ ਹੋ, 15 ਦਿਨ ਦੇ ਵਿੱਚ ਵਿੱਚ ਤੁਸੀਂ ਆਪਣੀ ਫਾਈਲ ਨੂੰ ਅੰਬੈਸੀ 'ਚ ਸਬਮਿਸ਼ਨ ਕਰਾ ਸਕਦੇ ਹੋ। ਕਾਫੀ ਸਟੂਡੈਂਟਸ ਆ ਜਿਹੜੇ ਫੀਸ ਨੂੰ ਲੈ ਕੇ ਡਰ ਰਿਹਾ, ਜਿਨ੍ਹਾਂ ਦੇ ਦਿਲ ਦੇ ਵਿੱਚ ਕਿ ਫੀਸ ਆਫਟਰ ਵੀਜ਼ਾ ਦੇਣਾ ਚਾਹੁੰਦੇ ਆ, ਫੀਸ ਆਫਟਰ ਵੀਜ਼ਾ ਆਪਸ਼ਨਸ ਅਵੇਲੇਬਲ ਰਹਿਣਗੀਆਂ। ਸੋ ਤੁਸੀਂ ਇਹ ਡੇਟਸ ਦੇ ਵਿੱਚ ਕੈਨੇਡਾ ਦੇ ਰਿਗਾਰਡਿੰਗ ਜਾਂ ਕਿਸੇ ਅਦਰ ਕੰਟਰੀ ਦੇ ਰਿਗਾਰਡਿੰਗ ਮਿਲਣਾ ਚਾਹੁੰਦੇ ਹੋ, ਤੁਸੀਂ ਵਿਜ਼ਿਟ ਕਰ ਸਕਦੇ ਹੋ। ਅੱਜ ਹੋਰ ਟੋਪਿਕ ਜਿਹੜਾ ਰਹੂਗਾ ਜੀ ਕੈਨੇਡਾ ਦਾ, ਕੈਨੇਡਾ ਦੇ ਸਟੂਡੈਂਟ ਵੀਜ਼ਾ ਦੇ ਰਿਲੇਟਡ ਜਿੰਨੇ ਵੀ ਤੁਹਾਡੀ ਕੁਐਰੀਜ਼ ਹੈ, ਚਾਹੇ ਤੁਸੀਂ ਸਟੂਡੈਂਟ ਵੀਜ਼ਾ 'ਤੇ ਜਾਣਾ ਚਾਹੁੰਦੇ ਹੋ, ਚਾਹੇ ਤੁਸੀਂ ਵਿਜ਼ਿਟਰ ਵੀਜ਼ਾ ਜਾਂ ਫੈਮਿਲੀ ਵਿਜ਼ਿਟ 'ਤੇ ਜਾਣਾ ਚਾਹੁੰਦੇ ਹੋ, ਤੁਸੀਂ ਵਿਜ਼ਿਟ ਕਰ ਸਕਦੇ ਹੋ ਓਮ ਗਲੋਬਲ ਦੇ ਨਜ਼ਦੀਕੀ ਬ੍ਰਾਂਚਸ ਦੇ ਵਿੱਚ। ਅੱਜ ਤੋਂ ਜਲੰਧਰ ਆਫਿਸ, ਦੈਨ 24 ਤਰੀਕ ਦੀ ਗੱਲ ਕਰਦੇ ਹਾਂ ਅੰਮ੍ਰਿਤਸਰ ਆਫਿਸ, 25 ਤਰੀਕ ਚੰਡੀਗੜ੍ਹ ਅਤੇ 26 ਤਰੀਕ ਨੂੰ ਬਠਿੰਡਾ ਆਫਿਸ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸੋ ਐਪਲੀਕੇਸ਼ਨ ਵੀਕ ਦਾ ਬਹੁਤ ਹੀ ਇੱਕ ਵਧੀਆ ਇੱਕ ਸੋਚ ਰੱਖੀ ਹੈ ਕਿ ਜਿਸ ਦੇ ਵਿੱਚ ਜਿਹੜੇ ਸਪਤੰਬਰ ਇਨਟੇਕ ਐਪਲੀਕੈਂਟਸ ਅਪਲਾਈ ਕਰਨਾ ਚਾਹੁੰਦੇ ਆ, ਸੋ ਉਹਨਾਂ ਨੂੰ ਥੋੜ੍ਹੀ ਜਿਹੀ ਮੈਂ ਨੌਲੇਜ ਦੇਣਾ ਚਾਹੂੰਗਾ ਕਿ ਜਿਹੜੇ ਐਪਲੀਕੈਂਟ ਸਪਤੰਬਰ ਇਨਟੇਕ 'ਚ ਅਪਲਾਈ ਕਰਨਾ ਚਾਹੁੰਦੇ ਆ, ਚਾਹੇ ਤੁਹਾਡਾ ਸਟੱਡੀ ਵਿੱਚ ਗੈਪ ਹੈ, 6 ਇਨ ਈਚ ਸਕੋਰ ਦੇ ਨਾਲ ਤੁਸੀਂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦੇ ਹੋ। ਦੋ ਚੀਜ਼ਾਂ ਮੇਜਰ ਇਹਦੇ ਵਿੱਚ ਦੇਖਣ ਨੂੰ ਮਿਲੀਆਂ ਕਿ ਕੈਨੇਡਾ ਦੀ ਅਗਰ ਆਪਾਂ ਗੱਲ ਕਰਦੇ, ਕਾਫੀ ਸਟੂਡੈਂਟ ਸੀਗੇ ਜਿਨ੍ਹਾਂ ਦੀ ਰਿਫਿਊਜ਼ਲਸ ਆਈਆਂ ਜਾਂ ਕਾਫੀ ਸਟੂਡੈਂਟ ਇੱਦਾਂ ਦੇ ਵੀ ਸੀਗੇ ਜਿਨ੍ਹਾਂ ਦੀ ਕਾਫੀ ਦੇਰ ਤੋਂ ਫੀਸਿਸ ਫਸੀਆਂ ਹੋਈਆਂ ਸੀਗੀਆਂ, ਅਤੇ ਉਹਨਾਂ ਸਟੂਡੈਂਟ ਨੂੰ ਵੀ ਸੱਦਾ ਦੇਣਾ ਚਾਹੂੰਗਾ ਕਿ ਤੁਸੀਂ ਓਮ ਗਲੋਬਲ ਦੇ ਹਿੱਸਾ ਬਣ ਸਕਦੇ ਹੋ। ਸੈਕਿੰਡ ਥਿੰਗ ਇਹਦੇ ਵਿੱਚ ਇਹ ਚੀਜ਼ ਰਹੂਗੀ ਕਿ ਜਿਹੜੇ ਐਪਲੀਕੈਂਟਸ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਨੇ, ਆਪਣੀ ਹੁਣ ਤੋਂ ਹੀ ਪ੍ਰਪਰੇਸ਼ਨ ਤੁਸੀਂ ਸਟਾਰਟ ਕਰੋ, ਕਿਉਂਕਿ ਜਿਹੜੇ ਸਪਤੰਬਰ ਇਨਟੇਕ ਦੇ ਐਪਲੀਕੇਸ਼ਨਸ ਹੈਗੀਆਂ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਕਿ ਹੁਣ ਤੋਂ ਹੀ ਅਗਰ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਦੇ ਹੋ ਅਤੇ ਜੂਨ ਦੇ ਵਿੱਚ ਆਪਾਂ ਨੂੰ ਐਪਲੀਕੇਸ਼ਨ ਸਬਮਿਸ਼ਨ ਕਰਨੀ ਪਊਗੀ, ਸੋ ਦੈਟ ਕਿ ਅਰਾਊਂਡ 12 ਵੀਕ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਲੈ ਰਹੀ ਹੈ ਹਾਈ ਕਮਿਸ਼ਨ, ਉਸ ਤੋਂ ਪਹਿਲਾਂ ਆਪਾਂ ਸਬਮਿਸ਼ਨ ਕਰਕੇ ਰਿਜ਼ਲਟ ਲੈ ਸਕਦੇ ਹਾਂ। ਸੋ ਡੇਟਸ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜੀ, 23 ਤਰੀਕ ਨੂੰ ਤੁਸੀਂ ਜਲੰਧਰ, ਅੱਜ ਜਿਹੜੇ ਐਪਲੀਕੈਂਟਸ ਅਪੁਆਇੰਟਮੈਂਟ ਨਹੀਂ ਲੈ ਪਾਏ ਜਾਂ ਨਹੀਂ ਵਿਜ਼ਿਟ ਕਰ ਪਾਏ, ਤੁਸੀਂ ਜਲੰਧਰ ਆਫਿਸ ਜਾ ਕੇ ਮਿਸਟਰ ਰਮਨ ਦੋਸਾਂਝ ਅਤੇ ਬਾਕੀ ਓਮ ਗਲੋਬਲ ਟੀਮ ਨੂੰ ਮਿਲ ਸਕਦੇ ਹੋ ਅਤੇ ਆਪਣੇ ਕੁਐਸਚਨ ਦੇ ਤੁਸੀਂ ਆਨਸਰ ਲੈ ਸਕਦੇ ਹੋ, ਔਨ ਸਪੋਰਟ ਐਪਲੀਕੇਸ਼ਨ ਨੂੰ ਅਪਲਾਈ ਕਰ ਸਕਦੇ ਹੋ। ਫਰਦਰ ਜੇ ਕੋਈ ਤੁਹਾਡਾ ਡਾਊਟ ਹੈ, ਕੋਈ ਕੁਐਸਚਨ ਹੁੰਦਾ, ਤੁਸੀਂ 9161 9167 'ਤੇ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਕੇ ਬਾਕੀ ਬ੍ਰਾਂਚਿਸ ਦੇ ਵਿੱਚ ਬਾਕੀ ਡੇਜ਼ ਦੇ ਵਿੱਚ ਜਾ ਕੇ ਮਿਲ ਸਕਦੇ ਹੋ। ਅੱਜ ਦੇ ਲਈ ਧੰਨਵਾਦ।